ਪੰਜਾਬੀ ਐਂਟਰਟੇਨਮੈਂਟ ਰੈਪ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਹਫਤੇ ਰੈਪ ਦੇ ਵਿੱਚ ਤੁਹਾਨੂੰ ਦੱਸਾਂਗੇ ਦਿਲਜੀਤ ਦੋਸਾਂਝ ਨੇ ਕਿਹਨੂੰ ਦਿੱਤੀ ਵੱਡੀ ਸੋਚ ਰੱਖਣ ਦੀ ਸਲਾਹ, ਕਪਿਲ ਸ਼ਰਮਾ ਤੇ ਬਣੇਗੀ ਫਿਲਮ, ਵਿੱਕੀ ਅਤੇ ਕੈਟਰੀਨਾ ਦੀ ਲੋਹੜੀ ਦੀ ਇਹ ਖਾਸ ਤਸਵੀਰ ਹੋਈ ਪਾਪੂਲਰ, ਅਤੇ ਟੀਵੀ ਦੇ ਪਰਦੇ ਤੋਂ ਬਾਲੀਵੁੱਡ ਦੇ ਪਰਦੇ ਤੱਕ ਕਿਹਨੇ ਲਈ ਐਂਟਰੀ। ਹੈਲੋ ਦਿਲਜੀਤ ਦੋਸਾਂਝ ਉਹਨਾਂ ਕੁਝ ਚੁਣਿੰਦਾ ਸਿਤਾਰਿਆਂ ਦੇ ਵਿੱਚ ਹਨ ਜਿਹੜੇ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਨੇ। ਹਾਲ ਹੀ ਦੇ ਵਿੱਚ ਉਹਨਾਂ ਨੇ ਆਪਣੀ ਇੱਕ ਤਸਵੀਰ ਇੰਸਟਾਗ੍ਰਾਮ ਤੇ ਸਾਂਝੀ ਕੀਤੀ ਜਿਸ ਦੇ ਵਿੱਚ ਉਹ ਆਪਣੀ ਗੱਡੀ ਦੇ ਵਿੱਚ ਆਪ ਹੀ ਪੈਟਰੋਲ ਪਾ ਰਹੇ ਸਨ। ਇਸ ਤਸਵੀਰ ਨੂੰ ਵੇਖ ਕੇ ਇੱਕ ਯੂਜ਼ਰ ਨੇ ਕਮੈਂਟ ਕੀਤਾ ਕਿ ਜੇ ਇੰਨੀ ਸ਼ੋਹਰਤ ਖੱਟ ਕੇ ਵੀ ਆਪ ਹੀ ਪੈਟਰੋਲ ਭਰਨਾ ਹੈ ਤਾਂ ਫਿਰ ਇੰਨੇ ਰੇਸ ਹੋਣ ਦਾ ਕੀ ਫਾਇਦਾ। ਇਹਦੇ ਲਈ ਦਿਲਜੀਤ ਦੇ ਕੋਲ 2-4 ਬੰਦੇ ਤਾਂ ਹੋਣੇ ਹੀ ਚਾਹੀਦੇ ਨੇ। ਇਸ ਦੇ ਜਵਾਬ ਵਿੱਚ ਦਿਲਜੀਤ ਨੇ ਲਿਖਿਆ, ਇਹ ਸੋਚ ਦੀ ਗੱਲ ਹੈ ਤੇ ਇਹੀ ਸੋਚ ਹੈ ਜਿਹੜੀ ਕਿਸੇ ਵੀ ਕੰਮ ਨੂੰ ਛੋਟਾ ਜਾਂ ਵੱਡਾ ਬਣਾਉਂਦੀ ਹੈ। ਇਹੀ ਸੋਚ ਆ ਜਿਹੜੀ ਨਾ ਆਪ ਕੁਝ ਕਰਦੀ ਹੈ ਤੇ ਨਾ ਹੀ ਕਿਸੇ ਨੂੰ ਕੁਝ ਕਰਨ ਦਿੰਦੀ ਹੈ। ਦਿਲਜੀਤ ਦੇ ਫੈਨਸ ਉਹਨਾਂ ਦੇ ਇਸ ਰਿਪਲਾਈ ਤੋਂ ਕਾਫੀ ਇੰਪ੍ਰੈਸ ਹੋਏ। ਕਪਿਲ ਸ਼ਰਮਾ ਤੇ ਫਿਲਮ ਬਣਨ ਜਾ ਰਹੀ ਹੈ ਜਿਸਦਾ ਨਾਮ ਫਨਕਾਰ ਹੋਏਗਾ। ਇਹ ਫਿਲਮ ਕਪਿਲ ਸ਼ਰਮਾ ਦੀ ਜ਼ਿੰਦਗੀ ਦੇ ਕਿਹੜੇ ਖਾਸ ਪਹਿਲੂ ਵਿਖਾਏਗੀ ਇਹ ਹਾਲੇ ਤੱਕ ਸਾਫ ਨਹੀਂ ਹੈ। ਫਿਲਮ ਦੇ ਨਿਰਮਾਤਾ ਮਹਾਵੀਰ ਜੈਨ ਨੇ ਕਿਹਾ, ਕਪਿਲ ਕਾਰਨ ਕਰੋੜਾਂ ਲੋਕ ਰੋਜ਼ ਹੱਸਦੇ ਨੇ। ਸਾਨੂੰ ਮਾਣ ਹੈ ਕਿ ਅਸੀਂ ਕਪਿਲ ਦੀ ਅਣਕਹੀ ਕਹਾਣੀ ਨੂੰ ਵੱਡੇ ਪਰਦੇ ਤੇ ਦਰਸਾਉਣ ਜਾ ਰਹੇ ਹਾਂ। ਫਿਲਮ ਦਾ ਨਿਰਦੇਸ਼ਨ ਮ੍ਰਿਗਦੀਪ ਲਾਂਬਾ ਕਰਨਗੇ ਜਿਨ੍ਹਾਂ ਨੇ ਫੁਕਰੇ ਫਿਲਮ ਸੀਰੀਜ਼ ਦਾ ਨਿਰਦੇਸ਼ਨ ਕੀਤਾ ਹੈ। ਕਪਿਲ ਇਸ ਤੋਂ ਪਹਿਲਾਂ ਕੁਝ ਬਾਲੀਵੁੱਡ ਫਿਲਮਾਂ ਦੇ ਵਿੱਚ ਇੱਕ ਲੀਡ ਐਕਟਰ ਦੇ ਤੌਰ ਤੇ ਨਜ਼ਰ ਆ ਚੁੱਕੇ ਨੇ। ਟੀਵੀ ਦੀ ਅਦਾਕਾਰਾ ਜੈਸਮਿਨ ਬਸੀਨ ਨੇ ਵੀ ਹੁਣ ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰ ਲਿਆ। ਉਹ ਗਿੱਪੀ ਗਰੇਵਾਲ ਦੇ ਨਾਲ ਫਿਲਮ ਹਨੀਮੂਨ ਦੇ ਵਿੱਚ ਨਜ਼ਰ ਆਏਗੀ। ਫਿਲਮ ਦੀ ਸ਼ੂਟਿੰਗ ਪੰਜਾਬ ਵਿੱਚ ਸ਼ੁਰੂ ਹੋ ਚੁੱਕੀ ਹੈ ਅਤੇ ਇੱਕ ਫੈਮਿਲੀ ਕਾਮੇਡੀ ਫਿਲਮ ਹੋਣ ਵਾਲੀ ਹੈ। ਫਿਲਮ ਟੀ ਸੀਰੀਜ਼ ਤੇ ਬਵੇਜਾ ਸਟੂਡੀਓਜ਼ ਵੱਲੋਂ ਬਣਾਈ ਜਾ ਰਹੀ ਹੈ ਤੇ ਇਸ ਦਾ ਨਿਰਦੇਸ਼ਨ ਅਮਰਪ੍ਰੀਤ ਛਾਬੜਾ ਕਰਨਗੇ। ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਵਿਆਹ ਤੋਂ ਬਾਅਦ ਆਪਣੀ ਪਹਿਲੀ ਲੋਹੜੀ ਦੀ ਤਸਵੀਰ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਤੇ ਉਹ ਕੈਜੂਅਲ ਕੱਪੜਿਆਂ ਦੇ ਵਿੱਚ ਨਜ਼ਰ ਆਇਆ ਤੇ ਇੰਝ ਜਾਪ ਰਿਹਾ ਸੀ ਕਿ ਦੋਵੇਂ ਕਿਸੇ ਫਿਲਮ ਦੇ ਸੈੱਟ ਤੇ ਹੋਣ। ਵਿਆਹ ਤੋਂ ਬਾਅਦ ਦੋਵੇਂ ਹੀ ਇੱਕ ਦੂਜੇ ਦੇ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ, ਫਿਰ ਉਹ ਲੋਹੜੀ ਦਾ ਮੌਕਾ ਹੋਵੇ ਜਾਂ ਫਿਰ ਕ੍ਰਿਸਮਸ ਦਾ। ਉਮੀਦ ਕਰਦੀ ਹਾਂ ਕਿ ਤੁਹਾਨੂੰ ਇਹ ਰੈਪ ਪਸੰਦ ਆਇਆ ਹੋਵੇਗਾ। ਹੁਣ ਮੈਨੂੰ ਦਿਓ ਇਜਾਜ਼ਤ, ਬਾਏ ਬਾਏ।